ਪ੍ਰੋਜెక్ਟ ਕਿਸ ਤਰ੍ਹਾਂ ਇਸ ਪੂਰੇ ਮਸਲੇ ਨੂੰ ਵੇਖਿਆ ਜਾਵੇ ਬੇਦਬੀਆਂ ਲਗਾਤਾਰ ਹੋ ਰਹੀਆਂ ਨੇ ਕੋਈ ਹੱਲ ਕਿਸੇ ਕਿਚੇ ਤੱਕ ਵੀ ਨਹੀਂ ਪਹੁੰਚਿਆ ਜਾ ਰਿਹਾ ਨਾ ਹੀ ਕੋਈ ਧੁਰਾ ਫੜਿਆ ਜਾ ਰਿਹਾ ਉਸ ਤੋਂ ਬਾਅਦ ਲਗਾਤਾਰ ਭਾਵਨਾਵਾਂ ਵਲੁੰਦਰੀਆਂ ਜਾ ਰਹੀਆਂ ਨੇ ਇਹ ਵੀ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ ਫਿਰ ਇਹ ਵੀ ਕਿਹਾ ਜਾ ਰਿਹਾ ਕਿ ਵੇਲਾ ਚੋਣਾ ਦਾ ਇਸ ਕਰਕੇ ਸਾਜ਼ਿਸ਼ ਦੀ ਬੂ ਵੀ ਆਉਂਦੀ ਹੈ ਇਹ तमाम ਚੀਜ਼ਾਂ ਨੇ तमाम ਵੱਡੇ ਸਵਾਲ ਖੜੇ ਹੁੰਦੇ ਨੇ ਪਰ ਇਸ ਪੂਰੇ ਸਿਨੈਰੀਓ ਨੂੰ ਅੱਜ ਜੇ ਸਿਆਸਤ ਦੇ ਪੱਖੋਂ ਵੇਖੀਏ ਤਾਂ ਲਗਾਤਾਰ ਸਿਆਸੀ ਰੋਟੀਆਂ ਵੀ ਸੇਕੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਇਹਨਾਂ ਮਸਲਿਆਂ ਦਾ ਹੱਲ ਹੋਏਗਾ ਕਿਉਂਕਿ ਇੱਕ ਆਮ ਨਾਨਕ ਨਾਮ ਲੈਵਾ ਸੰਗਤ ਦੀ ਜੇ ਗੱਲ ਕੀਤੀ ਜਾਏ ਤਾਂ ਉਹ ਸਿਰਫ ਤੇ ਸਿਰਫ ਦੋਸ਼ੀਆਂ ਦੇ ਖਿਲਾਫ ਕਾਰਵਾਈ ਚਾਹੁੰਦਾ। ਦੇਖੋ ਅਮ੍ਰਿਤਾ ਇਹ ਤਾਂ ਬਹੁਤ ਸਾਫ਼ ਹੈ ਕਿ ਹੁਣ ਤੱਕ 150 ਤੋਂ ਜ਼ਿਆਦਾ ਜਿਹੜੀਆਂ ਬੇਅਦਬੀਆਂ ਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਪੰਜਾਬ ਦੇ ਵਿੱਚ ਉਹ ਸਾਹਮਣੇ ਆਗੀਆਂ। ਪਰ ਇਹਨਾਂ ਤੇ ਕਾਰਵਾਈ ਹੈ ਜਿਹੜੀ ਉਹ ਜੇ ਆਪਾਂ ਇਕਾਦੁੱਕਾ ਛੱਡ ਦਈਏ, ਛਿਟਪਟ ਘਟਨਾਵਾਂ ਛੱਡ ਦਈਏ ਜਿਨ੍ਹਾਂ ਦੇ ਵਿੱਚ ਦੋਸ਼ੀ ਫੜੇ ਗਏ ਜਾਂ ਫਿਰ ਉਹਨਾਂ ਤੇ ਥੋੜੀ ਕਾਰਵਾਈ ਹੋਈ ਉਸ ਤੋਂ ਬਾਅਦ ਜ਼ਮਾਨਤ ਹੋ ਗਈ। ਇਹਨਾਂ ਕਾਰਵਾਈਆਂ ਨੂੰ ਛੱਡ ਦਈਏ ਤਾਂ ਜਿਹੜੀ ਕੰਕਰੀਟ ਕਾਰਵਾਈ ਸੀ ਉਹ ਅਜੇ ਤੱਕ ਕਿਤੇ ਵੀ ਨਹੀਂ ਹੋਈ ਉਸੇ ਦਾ ਨਤੀਜਾ ਹੈ ਜਿਹੜਾ ਇਹ ਜਦੋਂ ਆਪਾਂ ਦੇਖ ਰਹੇ ਹਾਂ ਜਿਸ ਨੂੰ ਹੁਣ ਦੋ ਪੱਖ ਬਣ ਗਏ ਇੱਕ ਪੱਖ ਇਹ ਹੈ ਜਿਹੜਾ ਕਹਿ ਰਿਹਾ ਕਿ ਠੀਕ ਹੈ ਬੇਅਦਬੀ ਹੋ ਰਹੀ ਹੈ ਸਜ਼ਾ ਦਿੱਤੀ ਹੈ ਇੱਕ ਪੱਖ ਇਹ ਹੈ ਜਿਹੜਾ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੀ ਪਰ ਇਹਦੇ ਨਾਲ ਇੱਕ ਇਹ ਵੀ ਦੇਖਣ ਵਾਲੀ ਹੈ ਕਿ ਲੋਕਾਂ ਦਾ ਗੁੱਸਾ ਹੌਲੀ-ਹੌਲੀ ਵਧਿਆ ਹੈ ਕਿਉਂਕਿ ਤੁਸੀਂ ਇਹ ਦੇਖੋਗੇ ਬੈਬਲ ਕਲਾਂ ਤੋਂ ਬਾਅਦ ਬਰਗਾੜੀ ਤੋਂ ਬਾਅਦ ਜਿਸ ਤਰੀਕੇ ਇਸ ਸਟੇਸ ਨੂੰ ਪੂਰੀ ਤਰ੍ਹਾਂ ਟਰੈਕ ਤੋਂ ਉਤਾਰਿਆ ਗਿਆ ਜਿਵੇਂ ਇਹਦੇ ਚ ਲਗਾਤਾਰ ਜਿਹੜਾ ਕਾਰਵਾਈਆਂ ਚੱਲਦੀਆਂ ਰਹੀਆਂ ਲਗਾਤਾਰ ਗੱਲਾਂ ਹੁੰਦੀਆਂ ਰਹੀਆਂ ਪਰ ਕੰਕਰੀਟ ਕੁਝ ਨਹੀਂ ਨਿਕਲਿਆ ਸਿਆਸਤ ਬਿਆਨਬਾਜ਼ੀਆਂ ਅਸੀਂ ਸਭ ਤਰ੍ਹਾਂ ਦੀਆਂ ਸੁਣੀਆਂ ਪਰ ਕਾਰਵਾਈ ਕੋਈ ਨਹੀਂ ਅੱਜ ਵੀ ਸਿਆਸਤ ਅ ਇਥੋਂ ਪ੍ਰਗਟ ਹੁੰਦੀ ਹੈ ਵੀ ਅੱਜ ਵੀ ਜਦੋਂ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਆ ਜਿਹੜੇ ਜਿਹੜੇ ਬਾਈਬਲ ਕਲਾਂ ਦੇ ਵਿੱਚ ਗੋਲੀ ਕਾਂਡ ਦੇ ਵਿੱਚ ਮਾਰੇ ਗਏ ਸੀ ਉਹ ਜਦੋਂ ਅੱਜ ਧਰਨੇ ਤੇ ਬੈਠੇ ਨਵਜੋਤ ਸਿੰਘ ਸਿੱਧੂ ਅੱਜ ਧਰਨੇ ਤੇ ਉੱਥੇ ਪਹੁੰਚ ਜਾਂਦੇ ਆ ਉੱਥੇ ਉਹਨਾਂ ਦੇ ਪੁੱਤਰ ਕ੍ਰਿਸ਼ਨ ਭਗਵਾਨ ਸਿੰਘ ਦੇ ਸਵਾਲ ਕਰਦੇ ਆ ਨਵਜੋਤ ਸਿੰਘ ਸਿੱਧੂ ਨੂੰ ਕਿ ਤੁਹਾਡੀ 4.5 ਸਾਲ ਸਰਕਾਰ ਰਹੀ ਹੈ ਇਸ ਕੇਸ ਨੂੰ ਕਿਸੇ ਬਿਲੇ ਕਿਉਂ ਨਹੀਂ ਲਾਇਆ ਗਿਆ ਕਿਉਂ ਇਹਦੇ ਤੇ ਸਿਆਸਤ ਹੁੰਦੀ ਰਹੀ ਹੈ ਤੇ ਨਵਜੋਤ ਸਿੰਘ ਸਿੱਧੂ ਦਾ ਜਵਾਬ ਸੀ ਕਿ ਜੇ ਮੈਂ ਹੁੰਦਾ ਛੋਟੇ ਭਰਾ ਤਾਂ ਮੈਂ ਬਹੁਤ ਕੁਝ ਕਰ ਦਿੰਦਾ ਪਰ ਮੇਰੇ ਹੱਥ ਪਾਵਰ ਕੋਈ ਨਹੀਂ ਪਰ ਸਰਕਾਰ ਤਾਂ ਤੁਹਾਡੀ ਇਥੋਂ ਸਾਫ਼ ਜ਼ਾਹਿਰ ਹੁੰਦਾ ਕਿ ਸਿਆਸਤ ਹੁੰਦੀ ਰਹੀ ਹੈ ਇਹਦੇ ਤੇ ਹਰ ਇੱਕ ਪਾਰਟੀ ਨੇ ਇਹ ਚਾਇਆ ਕਿ ਮੁੱਦਾ ਖੜਾ ਰਹੇ ਇਹਦਾ ਕੋਈ ਹੱਲ ਨਾ ਨਿਕਲੇ ਜਦੋਂ ਤੱਕ ਇਹਨੂੰ ਪੁਨਾਇਆ ਜਾ ਸਕੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਇਮੋਸ਼ਨਲ ਇਸ਼ੂਜ਼ ਹੁੰਦੇ ਆ ਅਮ੍ਰਿਤਾ ਉਹ ਸਰਕਾਰਾਂ ਜਾਂ ਪੋਲੀਟੀਕਲ ਪਾਰਟੀਆਂ ਕਦੇ ਹੱਲ ਕਰਨ ਦੀ ਮਨਸ਼ਾ ਕਦੀ ਨਹੀਂ ਹੁੰਦੀ ਇਹਨਾਂ ਦਾ ਮਕਸਦ ਸਿਰਫ ਇਹ ਜਿਵੇਂ ਕਹਿੰਦੇ ਆ ਕਿ ਗੱਡੇ ਮੁਰਦੇ ਨਾ ਉਖਾੜੋ ਪਰ ਸਿਆਸਤ ਦੇ ਵਿੱਚ ਕਿਹਾ ਜਾਂਦਾ ਹੁੰਦਾ ਕਿ ਮੁਰਦੇ ਜਿਉਂਦੇ ਰੱਖੋ ਇਸ ਤਰ੍ਹਾਂ ਦੇ ਇਹ ਇਹ ਉਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਕਿ ਇਹ ਇਦਾਂ ਦੇ ਜਿਹੜੇ ਇਸ਼ੂਜ਼ ਹੈ ਉਹ ਕਦੇ ਹੱਲ ਨਹੀਂ ਕੀਤੇ ਜਾਂਦੇ ਇਹ ਪੂਰਾ ਇੱਕ ਹਿਸਟਰੀ ਹੈਗੀ ਇੰਡੀਅਨ ਪੋਲਿਟਿਕਸ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਤੁਸੀਂ 84 ਦੇ ਦੰਗੇ ਲੈ ਲਓ ਜਾਂ ਇਸ ਤੋਂ ਬਾਅਦ ਦੀਆਂ ਜਿੰਨੀਆਂ ਘਟਨਾਵਾਂ ਹੋਈਆਂ ਇਹ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੇ ਇਸ਼ੂਸ ਕਦੇ ਕਿਸੇ ਕੰਕਰੀਟ ਹੱਲ ਤੇ ਨਹੀਂ ਪਹੁੰਚੇ ਉਹਦੇ ਪਿੱਛੇ ਵਜਾਏ ਆ ਇੱਕ ਤਾਂ ਆਪਣੀ ਪਾਵਰ ਦੇ ਨਾਲ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਕੇਸਸ ਨੂੰ ਪ੍ਰਭਾਵਿਤ ਕਰ ਦਿੰਦੇ ਆ ਬਿਲਕੁਲ ਗੁਰਪ੍ਰੀਤ ਜੀ ਸ਼ਾਇਦ ਇਹ ਕਾਰਨ ਹੈ ਕਿ ਮੰਦਭਾਗੀ ਸਿਆਸਤ ਤੋਂ ਲੋਕ ਵੀ ਛੁਟਕਾਰਾ ਚਾਹੁੰਦੇ ਨੇ ਬਹੁਤ ਸ਼ੁਕਰੀਆ ਇਸ ਅਨੁਕਾਰੀ ਦੇ ਲਈ